ਦੇਖਣ ਦੇ ਵਿੱਚ ਆਪਣੇ ਆਪ ਕਹਿ ਸਕਦੇ ਹਾਂ ਕਿ ਇੱਕ ਚੰਗੀ ਕੁਆਲਿਟੀ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਸਾਡੀ ਜਿਹੜੀ ਮਾਰਕੀਟ ਵਿੱਚ ਸਬਜ਼ੀ ਆ ਰਹੀ ਨਾ ਉਹਦੀ ਇਹਦੀ ਕੁਆਲਿਟੀ ਦਾ ਜ਼ਮੀਨ ਸਮਾਨ ਦਾ ਫਰਕ ਹੋਊਗਾ। ਕਿਉਂਕਿ ਔਰਗੈਨਿਕ ਹੀ ਆ, ਔਰਗੈਨਿਕ ਦਾ ਭਾਵ ਇਹ ਆ ਵੀ ਔਰਗੈਨਿਕ ਇਹਦੇ ਵਿੱਚ ਦਵਾਈ ਖਾਦ ਨਹੀਂ ਪੈਣੀ, ਦੁੱਧ ਲੱਸੀ ਸਪਰੇਅ ਹੋਣੀ ਆ। ਥੱਲੇ ਗਾਂ ਵਾਲਾ ਦੇਖੋ ਡ੍ਰਿਪ ਲਾਈਨ ਲੱਗੀ ਆ, ਇਹਦੇ ਕਰਕੇ ਹੀ ਇਹ ਬੂਟਿਆਂ ਦੀ ਕੁਆਲਿਟੀ ਬਣੀ ਆ। ਰੂੜੀ ਜਿੰਨੀ ਤੁਹਾਡੀ ਆਪਣੀ ਘਰ ਦੀ ਰੂੜੀ ਆ ਉਹ ਪਾਓ, ਉਹਦੇ ਨਾਲ ਥੱਲੇ ਥੱਲੇ ਹੁਮਸ ਨਹੀਂ ਬਣੂਗਾ। ਡ੍ਰਿਪ ਲਾਈਨ ਲਾਓ ਤੇ ਤੁਹਾਡੀ ਫਸਲ ਵਧੀਆ ਹੋਊਗੀ। ਤੁਹਾਡੇ ਸਾਹਮਣੇ ਹੀ ਆ, ਅਸੀਂ ਕਿੰਨੀ ਗਰਮੀ ਪੈ ਰਹੀ ਆ, ਆਪਾਂ ਗਰਮੀ 'ਚ ਖਲੋਤੇ ਹਾਂ ਅਤੇ ਅੱਜ ਦੀ ਗਰਮੀ ਆ, ਤਾਂ ਬੂਟੇ ਪੱਤੇ ਵੇਖੋ ਐਂ ਸੋਹਣੇ ਆ। ਤੂੰ ਇਹਨਾਂ 'ਤੇ ਇਸ ਵੇਲੇ ਅਸੀਂ ਲੱਸੀ ਦੀ ਸਪਰੇਅ ਕੀਤੀ ਆ, ਇੱਕ ਦੇ ਇੱਕ ਹਫ਼ਤੇ ਬਾਅਦ ਦੁੱਧ ਦੀ ਸਪਰੇਅ ਕਰਦੇ, ਠੀਕ ਹੈ ਜੀ, ਬਾਕੀ ਡ੍ਰਿਪ ਲਾਈਨ ਚੱਲਣ ਡਈ ਆ। ਬਰਸਾਤਾਂ ਅਤੇ ਅੱਤ ਦੀ ਗਰਮੀ ਦੇ ਕਾਰਨ ਪੰਜਾਬ ਭਰ ਦੇ ਵਿੱਚ ਜੇਕਰ ਰਸੋਈ ਦਾ ਬਜਟ ਵਿਗਾੜਨ ਵਾਲੀਆਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਸਬਜ਼ੀਆਂ ਦੇ ਭਾਅ ਆਸਮਾਨ ਛੂਹ ਰਹੇ ਨੇ। ਉਸਦਾ ਵੱਡਾ ਕਾਰਨ ਇਹ ਹੈਗਾ ਕਿ ਪੰਜਾਬ ਭਰ ਦੇ ਵਿੱਚ ਬਹੁਤ ਘੱਟ ਜਿਹੜਾ ਹੈਗਾ ਕਿਸਾਨ ਸਬਜ਼ੀ ਲਗਾ ਰਹੇ ਹਨ, ਜਿੱਥੇ ਲਗਾਈ ਜਾ ਰਹੀ ਹੈ ਉੱਥੇ ਕਿਤੇ ਨਾ ਕਿਤੇ ਮੌਸਮੀ ਮਾਰ ਦੇ ਕਾਰਨ ਕਿਸਾਨਾਂ ਦਾ ਨੁਕਸਾਨ ਜਿਹੜਾ ਹੈਗਾ ਇਸ ਨੂੰ ਲੈ ਕੇ ਵੀ ਹੁੰਦਾ ਹੈ। ਤਾਂ ਮੈਂ ਇਸ ਸਮੇਂ ਉਸ ਖੇਤ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਕਰੇਲੇ ਦੀ ਖੇਤੀ ਜਿਹੜੀ ਹੈਗੀ ਆ ਉਹ ਇੱਕ ਕਿਸਾਨ ਵੱਲੋਂ ਕੀਤੀ ਜਾ ਰਹੀ ਹੈ, ਔਰ ਮੇਰੇ ਨਾਲ ਉਹ ਕਿਸਾਨ ਮੌਜੂਦ ਨੇ ਪਹਿਲਾਂ। ਅਤੇ ਅੱਜ ਕਿੱਦਾਂ ਦੇ ਹਾਲਾਤ ਨੇ ਔਰ ਜਿਹੜਾ ਸਬਜ਼ੀ ਦੇ ਉੱਤੇ ਕਹਿ ਸਕਦੇ ਹਾਂ ਕਿ ਕੀੜੇ ਦੀ ਮਾਰ ਹੈ ਜਾਂ ਫਿਰ ਔਰਗੈਨਿਕ ਸਬਜ਼ੀ ਲੋਕ ਚਾਹੁੰਦੇ ਨੇ ਖਾਣਾ, ਚੰਗੀ ਸ਼ੁੱਧਤਾ ਵਾਲੀਆਂ ਜਿਹੜੀਆਂ ਹੈਗੀਆਂ ਚੀਜ਼ਾਂ ਖਾਣਾ ਪਸੰਦ ਕਰ ਰਹੇ ਨੇ, ਤਾਂ ਇੱਥੇ ਇਹ ਕਿਸਾਨ ਉਹ ਨੇ ਜਿਨ੍ਹਾਂ ਵੱਲੋਂ ਕਹਿ ਸਕਦੇ ਹਾਂ ਕਿ ਇਲਾਕੇ ਭਰ ਦੇ ਵਿੱਚ ਆਪਣੀ ਫਸਲ ਉਗਾ ਕੇ ਆਪ ਮਾਰਕੀਟਿੰਗ ਕੀਤੀ ਜਾ ਰਹੀ ਹੈ ਔਰ ਇੱਕ ਚੰਗੀ ਕਮਾਈ ਵੀ ਮੇਰੇ ਖਿਆਲ ਨਾਲ ਅਸੀਂ ਕਹਿ ਸਕਦੇ ਹਾਂ ਕਿ ਕਰ ਰਹੇ ਹੋ। ਪਹਿਲਾਂ ਤਾਂ ਭਾਅ ਜੀ ਕੀ ਨਾਮ ਹੈਗਾ ਇੱਕ ਵਾਰੀ ਦੱਸੋ? ਜਤਿੰਦਰ ਸਿੰਘ, ਜਤਿੰਦਰ ਸਿੰਘ ਪਿੰਡ ਬਹਾਦਰਪੁਰ। ਜਤਿੰਦਰ ਜੀ, ਕਿੰਨੇ ਚਿਰ ਤੋਂ ਜਿਹੜਾ ਹੈਗਾ ਤੁਸੀਂ ਜਿਹੜਾ ਖੇਤੀਬਾੜੀ ਦੇ ਵਿੱਚ ਜਿੱਦਾਂ ਜੋ ਮੌਸਮੀ ਫਸਲਾਂ ਹੁੰਦੀਆਂ ਆਪਣੇ ਕਣਕ ਝੋਨੇ ਤੋਂ ਇਲਾਵਾ ਜਿਹੜਾ ਹੈਗਾ ਸਬਜ਼ੀ ਦਾ ਕੰਮ ਕਰਦੇ ਪਏ ਤੁਸੀਂ? ਅਸਲ 'ਚ ਕਰਨ ਦੇ ਕੰਮ ਕਰਨ ਡੇ 15 ਸਾਲ ਹੋ ਗਏ ਜੀ, ਜਿਹੜੀ ਔਰਗੈਨਿਕ ਕਰਨ ਡੇ ਆ ਸਾਨੂੰ 8 ਸਾਲ ਹੋ ਗਏ ਕਰਦੇ ਹਾਂ ਔਰਗੈਨਿਕ ਕੰਮ ਦਾ। ਇਹਦੇ ਵਿੱਚ ਬਹੁਤ ਆਨੰਦ ਆ ਰਿਹਾ ਜੀ। ਇਹਦੇ ਵਿੱਚ ਇਹ ਆ ਵੀ ਸਾਨੂੰ ਕਿਸੇ ਨੂੰ ਚੀਜ਼ ਖਵਾਉਂਦੇ ਹਾਂ ਵੀ ਸਾਨੂੰ ਵੀ ਆਨੰਦ ਆਉਂਦਾ ਵੀ ਜੇ ਅਗਲਾ ਤੰਦਰੁਸਤ ਆ ਅਸੀਂ ਵੀ ਤੰਦਰੁਸਤ ਹਾਂ। ਹਾਂਜੀ, ਕਿਹੜੀਆਂ ਕਿਹੜੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਵੱਲੋਂ ਇੱਥੇ ਲਗਾਈਆਂ ਜਾਂਦੀਆਂ ਨੇ? ਜਿਵੇਂ ਅੱਜ ਕਰੇਲੇ ਦੀ ਆਪਾਂ ਗੱਲ ਕਰ ਰਹੇ ਹਾਂ, ਇੱਥੇ ਕਰੇਲੇ ਦੀ ਖੇਤੀ ਦੇਖਿਆ ਕਿ ਬਹੁਤ ਸੋਹਣਾ ਹੈਗਾ, ਹੋਰ ਕਿਹੜੀਆਂ ਸਬਜ਼ੀਆਂ ਹੈਗੀਆਂ ਜਿਹੜੀਆਂ ਤੁਸੀਂ? ਚਾਰ ਦੇ ਵਿੱਚ ਜੀ ਟਮਾਟਰ ਅਤੇ ਗਰਮੀਆਂ ਵਿੱਚ ਕਰੇਲਾ ਅਤੇ ਕੁਛ ਕੱਦੂ ਵੀ, ਜਿੰਨੀ ਆ ਜੀ ਸਾਰੀ ਔਰਗੈਨਿਕ ਸਬਜ਼ੀ ਆ ਜੀ, ਇਹਦੇ 'ਚ ਕੋਈ ਦਵਾਈ ਖਾਦ ਨਹੀਂ। ਕਿੱਦਾਂ ਦਾ ਭਾਜੀ ਭਾਅ ਕਿੱਦਾਂ ਦਾ ਹੈਗਾ ਇਸ ਟਾਈਮ ਮਾਰਕੀਟ ਦੀ ਗੱਲ ਕਰੀਏ, ਜੇ ਥੋੜ੍ਹਾ ਜਿਹਾ ਕੋਈ ਨਾਲੇ ਦਿਖਾਉਂਦੇ ਵੀ ਚੱਲੀਏ ਅਸੀਂ ਕਿ ਫਸਲ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਂਦੀ ਤਾਂ ਵਾਕਈ ਦੇ ਵਿੱਚ ਕੁਆਲਿਟੀ ਜਿਹੜੀ ਹੈਗੀ ਆ ਫਸਲ ਦੀ ਉਹ ਵੀ ਦੇਖਣ ਦੇ ਵਿੱਚ ਆਪਣੇ ਆਪ ਕਹਿ ਸਕਦੇ ਹਾਂ ਕਿ ਇੱਕ ਚੰਗੀ ਕੁਆਲਿਟੀ ਜਿਹੜੀ ਹੈਗੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਸਾਡੀ ਜਿਹੜੀ ਮਾਰਕੀਟ ਵਿੱਚ ਸਬਜ਼ੀ ਆ ਰਹੀ ਨਾ ਉਹਦੀ ਇਹਦੀ ਕੁਆਲਿਟੀ ਦਾ ਜ਼ਮੀਨ ਸਮਾਨ ਦਾ ਫਰਕ ਹੋਊਗਾ, ਕਿਉਂਕਿ ਔਰਗੈਨਿਕ ਹੀ ਆ। ਔਰਗੈਨਿਕ ਦਾ ਭਾਵ ਇਹ ਆ ਵੀ ਔਰਗੈਨਿਕ ਇਹਦੇ ਵਿੱਚ ਦਵਾਈ ਖਾਦ ਨਹੀਂ ਪੈਣੀ, ਦੁੱਧ ਲੱਸੀ ਸਪਰੇਅ ਹੋਣੀ ਆ। ਅੱਛਾ ਜੀ। ਹਾਂਜੀ, ਜਿਹੜੇ ਅਸੀਂ ਘਰਾਂ 'ਚ ਖਾਂਦੇ ਪੀਂਦੇ ਹਾਂ ਉਹ ਹੀ ਸਪਰੇਆਂ ਉੱਤੇ ਹੋਣੀਆਂ ਇਹਦੀਆਂ ਬਣਾ ਬਣਾ ਕੇ। ਅਤੇ ਜਿਹੜੇ ਮਾਰਕੀਟ ਦੇ ਵਿੱਚ ਜ਼ਿਆਦਾ ਆ ਰਹੀਆਂ ਵਾ, ਲੋਕ ਦਵਾਈਆਂ ਛੋਟ ਛੋਟ ਕੇ ਲਈ ਆਉਂਦੇ ਆ, ਦੁਕਾਨਾਂ ਵਾਲੇ ਜੋ ਕਹਿ ਰਹੇ ਆ ਉਹ ਪਾ ਕੇ ਦਵਾਈ ਲਈ ਆਉਂਦੇ ਆ। ਸਭ ਤੋਂ ਵੱਡੀ ਗੱਲ ਇਹ ਵੀ ਸਿਹਤ ਦਾ ਵਿਗਾੜ ਉਹਦੇ ਨਾਲ ਹੋ ਰਿਹਾ ਸਾਡਾ। ਹਾਂਜੀ, ਇਹਦੇ ਵਿੱਚ ਹੋਰ ਜਿੱਦਾਂ ਕਹਿ ਦਈਏ ਕਿ ਕਈ ਜਗ੍ਹਾ ਬਾਜ਼ਾਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਸਬਜ਼ੀਆਂ ਦੀ ਕਿੱਲਤ ਆ ਰਹੀ ਹੈ, ਸਬਜ਼ੀ ਖਰਾਬ ਬਹੁਤ ਹੋ ਰਹੀ ਹੈ,
ਔਰ ਜੇ ਕੋਈ ਕੀੜੇ ਕੂੜੇ ਦੀ ਮਾਰ ਦੀ ਗੱਲ ਕਰੀਏ ਜਾਂ ਇਹਦੇ ਉੱਤੇ, ਕਿਉਂਕਿ ਸਪਰੇਹਾਂ ਤੁਸੀਂ ਦੱਸ ਦਿੱਤੀਆਂ ਕਿ ਔਰਗੈਨਿਕ ਇਸ ਤਰੀਕੇ ਨਾਲ ਤੁਸੀਂ ਖੇਤੀ ਕਰ ਰਹੇ ਹੋ, ਲੇਕਿਨ ਕੋਈ ਹੋਰ ਜਿਹੜਾ ਹੈਗਾ ਇਸ ਦੀ ਕੁਆਲਿਟੀ ਨੂੰ ਲੈ ਕੇ, ਜਿੱਦਾਂ ਆਪਾਂ ਕਹਿੰਦੇ ਆ ਮਾਰਕੀਟ ਦੇ ਨਾਲੋਂ ਜਿਹੜਾ ਪ੍ਰਾਈਸ ਵੀ ਤੁਸੀਂ ਵੱਧ ਮੰਗਦੇ ਹੋ ਜਿੱਥੋਂ ਤੱਕ ਪਤਾ ਲੱਗਿਆ ਹੈਗਾ, ਕੀ ਮਾਰਕੀਟ ਦਾ ਰੇਟ ਚੱਲ ਰਿਹਾ ਹੈਗਾ ਔਰ ਤੁਹਾਡਾ ਕੀ ਰੇਟ ਹੈਗਾ, ਕਿਸ ਭਾਅ ਦੇ ਨਾਲ ਤੁਸੀਂ ਮਾਰਕੀਟ ਦਾ ਰੇਟ? ਜੀ ਇਸ ਵੇਲੇ ਤਕਰੀਬਨ 26-27 ਰੁਪਏ ਹੈ, ਤੇ ਸਾਡਾ ਉਧਰੋਂ 6-7 ਰੁਪਏ ਵੱਧਿਆ ਜੀ ਮਾਰਕੀਟ ਨਾਲੋਂ। ਕੀ ਰੇਟ ਵੇਖ ਰਹੇ ਹੋ? 30-32 ਰੁਪਏ ਵੇਖਦਾ ਜੀ ਸਾਡਾ, 30-32 ਰੁਪਏ ਵੇਚਣਾ ਵਾ। ਦੂਸਰਾ ਨੰਬਰ ਇਹ ਆ ਜੀ, ਵੇਖੋ ਜੀ ਮਾਰਕੀਟ ਤਾਂ ਕਰਕੇ ਆ, ਜਿਹੜਾ ਉਹ ਜਦੋਂ ਮਾਰਕੀਟ 'ਚ ਕਰੇਲਾ ਜਾਂਦਾ ਵਾ, ਇੱਕ ਵਾਰੀ ਖਾ ਲੈਂਦਾ ਫਿਰ ਦੂਜੀ ਵਾਰੀ ਆਪ ਮੰਗਦਾ ਵਾ ਵੀ ਸਾਨੂੰ ਦਿਓ। ਤੀਜਾ ਨੰਬਰ ਇਹ ਆ ਜੀ, ਵੇਖੋ ਅਸੀਂ ਡ੍ਰਿਪ ਲਾਈਨ ਲਾਈ ਆ ਥੱਲੇ ਥੱਲੇ ਗਾਮ ਵਾਲਾ, ਵੇਖੋ ਡ੍ਰਿਪ ਲਾਈਨ ਲੱਗੀ ਆ, ਇਹਦੇ ਕਰਕੇ ਹੀ ਇਹ ਬੂਟਿਆਂ ਦੀ ਕੁਆਲਿਟੀ ਬਣੀ ਆ, ਕਿਉਂਕਿ ਇਹਨਾਂ ਨੂੰ ਪਾਣੀ ਵੱਧ ਨਹੀਂ ਆਇਆ, ਥੱਲੇ ਗਡੋਏ ਪੈਦਾ ਹੋ ਗਏ ਆ, ਉਹ ਆਪਣੀ ਖੁਰਾਕ ਬਣਾ ਕੇ ਦੇ ਰਹੇ ਆ। ਹਾਂਜੀ, ਤੇ ਬਾਕੀ ਇਹ ਆ ਵੀ ਤੁਸੀਂ ਆਪ ਸਭ ਕੋਈ ਵੇਖ ਹੀ ਲਿਆ ਜੋ ਕੁਛ ਹੈਗਾ ਵਾ। ਕੀ ਲੱਗਦਾ ਹੈਗਾ ਕਿਸਾਨ ਜਿਹੜਾ ਹੈਗਾ ਸਬਜ਼ੀ ਜਿਹੜੀ ਹੈਗੀ ਬਹੁਤ ਪੰਜਾਬ ਦੇ ਵਿੱਚ ਕਹਿ ਲਓ ਘੱਟ ਆ, ਜਾਂ ਫਿਰ ਹਿਮਾਚਲ ਦੀ ਸਬਜ਼ੀ ਜ਼ਿਆਦਾ ਚੱਲ ਰਹੀ ਹੈਗੀ ਹੈ ਨਾ, ਤੇ ਉਹਦਾ ਕੀ ਕਾਰਨ, ਕੀ ਵੱਡਾ ਮੰਨਦੇ ਆ? ਕਾਰਨ ਇਹੋ ਹੈ ਜੀ, ਸਭ ਤੋਂ ਕਾਰਨ ਸਾਡੇ ਵਾਸਤੇ ਤੇ ਮੇਨ ਦਵਾਈਆਂ ਹੀ ਮਾੜੀਆਂ ਵਾ, ਦਵਾਈਆਂ ਕਰਕੇ ਆ ਅਸੀਂ ਖਾਦਾਂ ਵੱਧ ਪਾਤੀਆਂ ਵਾ, ਉਹ ਪੈਲੀਆਂ ਚੱਲਣ ਯੋਗ ਹੀ ਨਹੀਂ ਗੀਆਂ। ਜਦੋਂ ਗਰਮੀ ਹੁੰਦੀ ਆ ਥੱਲੇ ਹੁੰਮਸ ਬਣਦਾ, ਥੱਲੇ ਭੜਾਸ ਨਿਕਲਦੀ ਆ, ਭੜਾਸ ਦੇ ਨਾਲ ਉਹ ਜਿਹੜਾ ਵਾ ਬੂਟਿਆਂ 'ਤੇ ਅਸਰ ਪਾਉਂਦੀ ਆ ਮਾੜਾ, ਉਹਨੂੰ ਅਸਰ ਨੂੰ ਬਚਾਉਣ ਵਾਸਤੇ ਇਹੋ ਹੀ ਆ ਵੀ ਖਾਦਾਂ ਬੰਦ ਕਰ ਦਿਓ, ਰੂੜੀ ਜਿੰਨੀ ਤੁਹਾਡੀ ਆਪਣੀ ਘਰ ਦੀ ਰੂੜੀ ਆ ਉਹ ਪਾਓ, ਉਹਦੇ ਨਾਲ ਥੱਲੇ ਥੱਲੇ ਹੁੰਮਸ ਨਹੀਂ ਬਣੂਗਾ, ਡ੍ਰਿਪ ਲਾਈਨ ਲਾਓ ਤੇ ਤੁਹਾਡੀ ਫਸਲ ਵਧੀਆ ਹੋਊਗੀ। ਤੁਹਾਡੇ ਸਾਹਮਣੇ ਹੀ ਆ ਅਸੀਂ ਕਿੰਨੀ ਗਰਮੀ ਪੈ ਰਹੀ ਆ, ਆਪਾਂ ਗਰਮੀ 'ਚ ਖਲੋਤੇ ਹਾਂ ਵੀ ਅੱਤ ਦੀ ਗਰਮੀ ਆ, ਤਾਂ ਬੂਟੇ ਪੱਤੇ ਵੇਖੋ ਐਂ ਸੋਹਣੇ ਆ, ਕਿਉਂ ਇਹਨਾਂ 'ਤੇ ਇਸ ਵੇਲੇ ਅਸੀਂ ਲੱਸੀ ਦੀ ਸਪਰੇਅ ਕੀਤੀ ਆ, ਇੱਕ ਤੋਂ ਇੱਕ ਹਫ਼ਤੇ ਬਾਅਦ ਦੁੱਧ ਦੀ ਸਪਰੇਅ ਕਰਦੇ ਆ, ਠੀਕ ਹੈ ਜੀ, ਬਾਕੀ ਡ੍ਰਿਪ ਲਾਈਨ ਚੱਲਣ ਡਈ ਆ। ਅਤੇ ਤੁਸੀਂ ਕੀੜੇ ਪਤੰਗੇ ਦੀ ਗੱਲ ਕਰਦੇ ਆ, ਕੀੜੇ ਪਤੰਗੇ ਵਾਸਤੇ ਕੁਦਰਤ ਨੇ ਸਾਡੇ ਵਾਸਤੇ ਬਹੁਤ ਛੱਡਿਆ ਵਾ, ਇਹਦੇ ਵਿੱਚ ਇੰਨੇ ਕੁਦਰਤੀ ਕੀੜੇ ਆ ਵੀ ਜਿਹੜੇ ਹੀ ਉਹ ਤੁਹਾਡੇ ਦੁਸ਼ਮਣਾਂ ਨੂੰ ਖਾ ਰਹੇ ਆ, ਸਾਨੂੰ ਲੋੜ ਨਹੀਂ ਕੁਛ ਕਰਨ ਦੀ। ਬਾਕੀ ਆ ਦੂਜਿਆਂ ਜਿਹੜੀ ਆਉਂਦੀ ਆ ਫਰੂਟ ਪਲਾਈ ਆ, ਉਹਦੇ ਵਾਸਤੇ ਅਸੀਂ ਟਰੈਪ ਲਾਏ ਆ, ਉਹ ਆਪੇ ਮੱਖੀ ਆਉਂਦੀ ਉਦੋਂ ਕੈਦ ਹੋ ਜਾਂਦੀ, ਖਤਮ ਹੋ ਜਾਂਦੀ ਆ, ਸਾਨੂੰ ਸਾਡਾ ਉਹ ਕੰਮ ਉਹ ਟਰੈਪ ਕਰ ਰਹੇ ਆ। ਹਾਂਜੀ, ਕਿੰਨੀ ਕੁ ਕਹਿ ਸਕਦੇ ਹਾਂ ਕਿ ਸ਼ੁਰੂਆਤੀ ਖੇਤੀ ਕਿੰਨੇ ਤੋਂ ਕੀਤੀ ਸੀਗੀ, ਕਿੰਨੇ ਏਰੀਏ ਤੋਂ, ਕਿੰਨੀ ਜ਼ਮੀਨ ਤੋਂ ਕੀਤੀ ਸੀਗੀ, ਔਰ ਅੱਜ ਹੁਣ ਜਿਹੜਾ 8 ਸਾਲਾਂ ਦਾ ਤੁਸੀਂ ਕਹਿ ਰਹੇ ਹੋ ਕਿ ਲੰਬਾ ਤਜਰਬਾ ਵੀ ਕਹਿ ਲਓ ਜਾਂ ਫਿਰ ਇੱਕ ਲੰਬਾ ਸਫ਼ਰ? ਜਿਹੜਾ ਜੀ ਅਸੀਂ ਜਦੋਂ ਖਾਦ ਵਾਲੇ ਪਾ ਕਰਦੇ ਹੁੰਦੇ ਸੀ ਉਦੋਂ ਕਰਦੇ ਹੁੰਦੇ 6-7 ਕਿੱਲਿਆਂ ਦੀ, ਜਦੋਂ ਅਸੀਂ ਔਰਗੈਨਿਕ ਸ਼ੁਰੂ ਕਰਤੀ ਅਸੀਂ ਆ ਗਏ ਹਾਂ 1 ਕਿੱਲੇ 'ਤੇ, 1-2 ਕਿੱਲਿਆਂ 'ਤੇ ਆ ਗਏ ਹਾਂ, ਕਿਉਂਕਿ ਇਹਦੇ ਵਿੱਚ ਆਮਦਨ ਵੱਧਿਆ, ਉਹਦੇ 'ਚ ਆਮਦਨ ਵੱਧ ਨਹੀਂ ਸੀ, ਖਰਚ ਵੱਧ ਸੀ, ਇਹ 'ਚ ਖਰਚ ਸਾਡਾ ਕੋਈ ਨਹੀਂ ਗਾ, ਸਾਡਾ ਖਰਚ ਬਚ ਗਿਆ। ਅਤੇ ਹੁਣ ਜਿਹਦੇ 7 ਕਿੱਲੇ ਆ ਤਾਂ ਕਿੱਥੇ 2 ਕਿੱਲੇ ਜੀ, 1-2 ਕਿੱਲੇ ਆ ਉਹਦੇ ਵਿੱਚ, ਉਹ ਤੁਹਾਡਾ ਬਾਕੀ ਜਿਹੜਾ ਰਕਬਾ ਉਹ ਬਚ ਗਿਆ। ਹਾਂਜੀ, ਕੀ ਲੱਗਦਾ ਹੈਗਾ ਕਿ ਕਿੰਨਾ ਕੁ 1 ਕਿੱਲੇ ਦੀ ਜਿਹੜੀ ਖੇਤੀ ਹੈਗੀ ਆ ਉਹ ਕਿੰਨੀ ਕੁ ਕਮਾਈ ਜਿਹੜੀ ਹੈਗੀ ਆ ਕਿਸਾਨ ਨੂੰ ਦੇ ਸਕਦੀ ਆ, ਕਿੰਨੀ ਕੁ ਕਮਾਈ ਤੁਸੀਂ ਕਰ ਲੈਂਦੇ ਹੋ ਇਹਦੇ ਤੋਂ, ਕਿ ਖਰਚਾ ਕਿੰਨਾ ਆ ਰਿਹਾ ਇਹਦੇ ਉੱਤੇ, ਕਮਾਈ ਕਿੰਨੀ ਹੈਗੀ ਆ, ਕਿਉਂਕਿ ਮਿਹਨਤ ਤੇ ਜੋ ਹੈਗੀ ਉਹ ਦਿਖਾਈ ਦੇ ਹੀ ਰਹੀ ਆ। ਖਰਚਾ ਜੀ ਇਹਦੇ ਖਰਚੇ ਦੀ ਗੱਲ ਪੁੱਛੀਏ ਤੇ ਖਰਚੇ ਤਾਂ ਪਹਿਲਾਂ ਤੇ ਆਉਂਦਾ ਕੰਮ ਸੇ ਕੰਮ ਕਿੱਲੇ ਤੇ 30-35 ਹਜ਼ਾਰ ਰੁਪਈਆ, ਮਾਸ ਕੱਢਣੇ ਆ ਸਾਰਾ ਕੁਝ ਕਰਨਾ, ਉਹ 1 ਵਾਰੀ ਲਾਉਣ ਦੀ ਗੱਲ ਆ, ਮੁੜ ਕੇ 4-5 ਸਾਲ ਤੁਹਾਨੂੰ ਵੇਖਣ ਦੀ ਲੋੜ ਨਹੀਂ ਗੀ, ਫਿਰ ਕਮਾਈ ਕਮਾਈ ਆ ਜੀ। ਇੱਕ ਵਾਰੀ ਕਹਿ ਸਕਦੇ ਹਾਂ ਕਿ ਜਿਹੜਾ ਮਟੀਰੀਅਲ ਖਰਚਾ ਹੁੰਦਾ ਵਾ, ਜਿੱਦਾਂ ਕਿ ਹੁਣ ਇੱਧਰ ਵੀ ਦਿਖਾ ਦਈਏ ਆਪਾਂ ਕਿ ਬਿਲਕੁਲ ਲਾਈਨ ਵਾਈਜ਼ ਜਿਹੜਾ ਹੈਗਾ ਇਹ ਬਾਂਸ ਲੱਗੇ ਹੋਏ ਆ, ਤਾਰਾਂ ਲੱਗੀਆਂ ਹੋਈਆਂ, ਡ੍ਰਿਪ ਲਾਈਨ ਲੱਗੀ ਹੋਈ ਹੈ, ਔਰ ਉਹਦੇ ਅਨੁਸਾਰ ਜਿਹੜਾ ਹੈਗਾ ਕਹਿ ਸਕਦੇ ਹਾਂ ਕਿ ਫਸਲ ਵੀ ਜਿਹੜੀ ਹੈਗੀ ਉਹ ਵੀ ਇੱਥੇ ਚੰਗੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ, ਔਰ ਭਰਮਾਂ ਜਿਹੜੇ ਹੈਗੇ ਬੂਟੇ ਜਿਹੜੇ ਹੈਗੇ ਵੱਲਾਂ ਜਿਹੜੀਆਂ ਹੈਗੀਆਂ ਬਿਲਕੁਲ ਇਹਦੀਆਂ ਭਰੀਆਂ ਹੋਈਆਂ ਹੈਗੀਆਂ ਫਸਲ ਦੇ ਨਾਲ। ਪਹਿਲੀ ਵਾਰੀ ਆ ਗਵਰਨਮੈਂਟ ਕੋਲ ਸਹੂਲਤ ਮਿਲੀ ਆ ਜੀ ਡ੍ਰਿਪ ਲਾਈਨ ਦੀ, 90% ਸਬਸਿਡੀ ਮਿਲੀ ਆ, ਤੇ ਦੂਸਰਾ ਨੰਬਰ ਇਹ ਆ ਵੀ ਪੰਜਾਬ ਐਗਰੋ ਕੋਈ ਮਦਦ ਕਰ ਰਹੀ ਆ, ਕੁਛ ਉੱਠੀ ਆ ਪੰਜਾਬ ਐਗਰੋ ਉੱਠੀ ਆ, ਉਹ ਮਦਦ ਕਰ ਰਹੀ ਆ, ਪੰਪ ਦੇ ਉੱਤੇ ਆ, ਹੋਰ ਤੁਹਾਡੇ ਗਡੋਏ ਦੇ ਉੱਤੇ ਆ, ਗਡੋਏ ਟੱਪ ਦੇ ਉੱਤੇ ਬੜਾ ਕੁਛ ਦਿੱਤਾ ਦੇਣ ਰਹੀ ਆ ਜੀ, ਥੋੜ੍ਹਾ ਥੋੜ੍ਹਾ ਮਤਲਬ ਸਰਕਾਰ ਦੇ ਸ਼ਾਇਦ ਕੰਨਾਂ ਦੇ ਕੁਛ ਨਾ ਕੁਛ ਆਇਆ ਹੋਵੇ ਵੀ ਨਹੀਂ ਵੀ ਇਹਨਾਂ ਦੀ ਅਸੀਂ ਮਦਦ ਕਰੀਏ।
ਜੇ ਗੌਰਮੈਂਟ ਸਾਡੀ ਇੱਦਾਂ ਮਦਦ ਕਰਨ ਲੱਗ ਪਏ ਤਾਂ ਸਾਡਾ ਉਹੀ ਜੀਵਨ ਸੌਖਾ ਹੋ ਜਾਵੇ, ਸਾਰੇ ਕਿਸਾਨ ਸੌਖੇ ਹੋ ਜਾਣ। ਪੰਜਾਬ ਸਰਕਾਰ ਦਾ ਕਿੰਨਾ ਕੁ ਸਹਿਯੋਗ ਹੈਗਾ ਹੁਣ ਜਿਹੜਾ ਹੈਗਾ ਕਿਸਾਨਾਂ ਨੂੰ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ, ਜਾਂ ਫਿਰ ਜਿਹੜੀਆਂ ਕਹਿ ਲਓ ਕਿ ਰੂਟੀਨ ਫਸਲਾਂ ਜਿਹੜੀਆਂ ਹੈਗੀਆਂ ਵਾ, ਪਾਣੀ ਨੂੰ ਵੀ, ਝੋਨੇ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਪਾਣੀ ਨੂੰ ਲੈ ਕੇ ਬੜਾ ਕਿਹਾ ਜਾਂਦਾ ਹੈਗਾ ਕਿ ਇਸ ਵਾਰ ਤੇ ਸਰਕਾਰ ਨੇ ਸਮਾਂ ਵੀ ਜਿਹੜਾ ਸੀਗਾ ਉਹ ਵੀ ਅਗੇਤਾ ਕੀਤਾ ਹੈਗਾ 15 ਜੂਨ ਤੇ ਲੈ ਕੇ, ਉਹ ਕਿ ਚਲੋ ਬਾਰਿਸ਼ਾਂ ਦੇ ਨਾਲ ਵੀ ਉਹ ਅਲੱਗ ਗੱਲ ਹੈ ਕਿ ਹੁਣ ਜੋ ਹਾਲਾਤ ਹੈ ਕਿ ਬਾਰਿਸ਼ ਹੋ ਰਹੀ ਹੈ। ਗੱਲ ਜੀ ਵੇਖੋ, ਸਾਨੂੰ ਡ੍ਰਿਪ ਲਾਈਨ ਦਿੱਤੀ ਹੈ ਨਾ, ਆਹ ਗੌਰਮੈਂਟ ਦੀ ਸਹੂਲਤ ਸਾਨੂੰ ਮਿਲੀ ਆ ਕਿ ਜੇ ਇੱਦਾਂ ਹੀ ਸਾਰੇ ਕਿਸਾਨਾਂ ਨੂੰ ਗੌਰਮੈਂਟ ਦੀ ਸਹੂਲਤ ਮਿਲਦੀ ਜਾਵੇ ਤੇ ਇਹ ਅਸੀਂ ਸੌਖੀ ਹੋ ਜਾਈਏ, ਸਾਡਾ ਪਾਣੀ ਬਚ ਜਾਏ ਜੀ। ਇਹਦੇ ਨਾਲ ਸਾਡਾ ਪਾਣੀ ਕਮ ਸੇ ਕਮ 20% ਪਾਣੀ ਲੱਗਦਾ, 80% ਪਾਣੀ ਸਾਡਾ ਬਚ ਗਿਆ ਜੀ। ਕੀ ਸੁਨੇਹਾ ਜਿਹੜਾ ਹੈਗਾ ਜਿਹੜੇ ਕਿਸਾਨ ਮੰਨ ਲਓ ਕਿ ਖੇਤੀਬਾੜੀ ਕਰ ਰਹੇ ਆ, ਔਰ ਇਹਦੇ ਨਾਲ ਜੇਕਰ ਇਹ ਫਸਲ ਹੈਗੀ ਆ ਕਿੰਨੇ ਕੁ ਸਮੇਂ ਦੀ ਹੈਗੀ ਆ, ਇਸ ਤੋਂ ਬਾਅਦ 'ਚ ਫਿਰ ਕੀ ਲਗਾਓਗੇ ਅੱਗੇ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਲਾਹੇਵੰਦ ਧੰਦਾ ਹੈ ਕਿ ਨਹੀਂ ਹੈ? ਹੈਗਾ ਜੀ, ਲਾਹੇਵੰਦ ਧੰਦਾ ਹੈਗਾ ਜੀ। ਇਹਨੂੰ ਇਮਾਨਦਾਰੀ ਨਾਲ ਕਰੋ, ਇਹ ਇਮਾਨਦਾਰੀ ਰੱਖੋ ਵੀ ਅਸੀਂ ਆਪਣੀ ਪੈਲੀ ਪ੍ਰਤੀ, ਜ਼ਮੀਨ ਪ੍ਰਤੀ ਇਮਾਨਦਾਰੀ ਕਰਨੀ ਆ। ਇਹਨੂੰ ਅਸੀਂ ਜ਼ਹਿਰ ਨਹੀਂ ਬਣਾਉਣਾ, ਅਤੇ ਅਸੀਂ ਜਿਹਨੂੰ ਫਸਲ ਚੀਜ਼ ਦੇਣੀ ਆ ਉਹਨੂੰ ਜ਼ਹਿਰ ਨਹੀਂ ਖਵਾਉਣੀ, ਠੀਕ ਹੈ ਜੀ? ਇਹ ਬਾਕੀ 8 ਮਹੀਨੇ ਦੀ ਫਸਲ ਆ ਜੀ, ਘੱਟੋ ਘੱਟ। ਇਹ ਤੋਂ ਬਾਅਦ ਮੁੜ ਕੇ ਇਹ 'ਚ ਲੱਗੂਗਾ ਟਮਾਟਰ ਜੀ, ਟਮਾਟਰ ਲਾਵਾਂਗੇ, ਫਿਰ ਟਮਾਟਰ ਤੋਂ ਬਾਅਦ ਫਿਰ ਕਰੇਲਾ ਜਾਣਾ। ਪੈਲੀ ਬਦਲ ਬਦਲ ਕੇ ਕਰਦੇ ਹਾਂ, ਅੱਗੇ ਪਿੱਛੇ ਕਰਕੇ ਲਾਈ ਦੀ ਆ। ਇਹਦੇ ਨਾਲ ਸਾਨੂੰ ਇਹ ਆ ਵੀ ਸਾਨੂੰ ਥੱਲੇ ਨਦੀਨ ਵੀ ਮਰਦਾ ਵਾ, ਸਭ ਕੁਛ ਹੁੰਦਾ ਜੀ, ਗੋਡਾਈ ਗੋਡੀ ਹੁੰਦੀ ਆ ਲਗਾਤਾਰ ਹੁੰਦੀ। ਮਾਰਕੀਟਿੰਗ ਜਿਹੜੀ ਹੈਗੀ ਉਹ ਕਿੱਦਾਂ ਕਰ ਰਹੇ ਹੋ ਤੁਸੀਂ? ਮਾਰਕੀਟ ਫਿਲਹਾਲ ਤੇ ਕੁਛ ਤੇ ਕਰ ਰਹੇ ਆ ਮੰਡੀ ਰਹੀ, ਕੁਛ ਆਪ ਇਦਾਂ ਹੀ ਤੁਰ ਫਿਰ ਕੇ ਜੀ। ਆਪ ਦੇ ਜਿਹੜੇ ਕਸਟਮਰ ਆ ਉਹ ਕਿਵੇਂ ਜੋੜ ਰਹੇ ਹੋ ਤੁਸੀਂ? ਜੋੜ ਜੀ, ਉਹ ਆਨਲਾਈਨ ਇਦਾਂ ਕਰਕੇ ਬਸ ਐਡ ਪਾ ਕੇ, ਆਪਣੀ ਥੋੜੀ ਬਹੁਤੀ ਐਡ ਪਾ ਕੇ ਕਰਕੇ, ਜਾਂ ਸੁਨੇਹਾ ਕਰਕੇ ਮੈਸੇਜ ਕਰਕੇ ਵੀ ਹਾਂਜੀ ਸਰ ਕੋਈ ਚੀਜ਼ ਹੈਗੀ ਆ, ਕੁਛ ਬੈਂਕਾਂ ਵਾਲੇ ਹੋ ਗਏ ਇਦਾਂ ਜੀ ਲਾ ਬਣਾ ਕੇ। ਕੀ ਲੱਗਦਾ ਹੈਗਾ ਜੇ ਕਿਸਾਨ ਆਪ ਖੁਦ ਬਾਜ਼ਾਰ 'ਚ ਉਤਰ ਜੇ, ਕਿਉਂਕਿ ਫਸਲ ਦਾ ਭਾਅ ਜੇ ਆਪਾਂ ਮੰਡੀ 'ਚ ਕਹਿੰਦੇ ਹਾਂ ਕਿ ਪੂਰਾ ਨਹੀਂ ਮਿਲਦਾ ਹੈਗਾ, ਔਰ ਜੇ ਕਿਸਾਨ ਇੱਦਾਂ ਹੀ ਮਾਰਕੀਟ ਕਰਨ ਜਿੱਦਾਂ ਤੁਸੀਂ ਕਰ ਰਹੇ ਹੋ, ਹਾਂਜੀ, ਆਮ ਜਿੱਦਾਂ ਕਿਤੇ ਕਹਿ ਸਕਦੇ ਹਾਂ ਕਿ ਥੋਕ ਤੇ ਪ੍ਰਚੂਨ ਦੀ ਜਿਹੜੀ ਗੱਲ ਕਰਦੇ ਹੈਗੇ ਆ, ਉਹਦੇ ਅਨੁਸਾਰ ਜੇ ਆਪਾਂ ਰਿਟੇਲ ਦੇ ਵਿੱਚ ਖੁਦ ਜਾ ਕੇ ਵੇਚਦੇ ਹਾਂ, ਬਿਲਕੁਲ ਜੀ ਵੇਚ ਸਕਦੇ ਹਾਂ। ਕਿੱਦਾਂ ਦੇ ਰੇਟ 'ਚ ਜਿਹੜਾ ਹੈਗਾ ਜਿਹੜਾ ਤੁਸੀਂ ਕਹਿ ਲਓ ਕਿ ਨੋਰਮਲ ਕਸਟਮਰ ਜੇ ਕੋਈ ਆਉਂਦਾ ਤੁਹਾਡੇ ਕੋਲ ਛੋਟਾ ਮੋਟਾ? ਬਿਲਕੁਲ ਜੀ ਵੇਚ ਸਕਦੇ ਹਾਂ, ਪਰ ਸਾਨੂੰ ਗਾਹਕ ਨੇ ਸਾਡਾ ਸਮਰਥਨ ਨਹੀਂ ਦੇਣਾ। ਗਾਹਕ ਜਿਹੜਾ ਫੜੀ ਵਾਲਾ ਉਹਦੇ ਕੋਲ ਲੈ ਕੇ ਖੁਸ਼ ਆ, ਸਾਡੇ ਕੋਲ ਲੈ ਕੇ ਖੁਸ਼ ਨਹੀਂਗਾ। ਕੀ ਕਾਰਨ ਲੱਗਦਾ ਤੁਹਾਨੂੰ? ਕਾਰਨ ਇਹ ਆ ਜੀ, ਉਹਨੇ ਰੇਟ ਵੱਧ ਲਾਉਣਾ ਵਾ, ਅਸੀਂ ਰੇਟ ਥੋੜ੍ਹਾ ਨੋਰਮਲ ਵੇਚਣਾ ਆਣਾ, ਬਣੀ ਇਹ ਪਤਾ ਨਹੀਂ ਕਿੱਦਾਂ ਦੀ ਦਵਾਈ ਪਾ ਕੇ ਲੈ ਆਉਣਾ ਵਾ, ਸਾਨੂੰ ਆਉਂਦੇ ਵੀ ਦਵਾਈ ਪਾ ਕੇ ਲਏ ਆ, ਜਿਹੜਾ ਫੜੀ ਵਾਲਾ ਉਹ ਦਵਾਈ ਤੋਂ ਬਿਨਾਂ ਲਿਆਉਂਦਾ, ਇਹ ਸਮਝਦੇ ਆ। ਅਤੇ ਦਵਾਈ ਫੜੀ ਵਾਲੀ ਕੋਈ ਦਵਾਈ ਆ ਅਤੇ ਅਸੀਂ ਤਾਂ ਔਰਗੈਨਿਕ ਵੇਚਣ ਦੇ, ਸਾਡੇ ਨਾਲ ਥੋੜ੍ਹਾ ਜਿਹਾ ਪਬਲਿਕ ਸਾਥ ਦੇਵੇ ਅਤੇ ਅਸੀਂ ਉਹਨਾਂ ਦਾ ਭਲਾ ਕਰਨ ਵਾਸਤੇ ਹੀ ਕਰਨ ਦੇ ਕੰਮ, ਜੇ ਸਾਡੇ ਰਿਟੇਲ ਆਪੇ ਬਣ ਜਾਵੇ ਤੁਰ ਪਈਏ ਜੀ। ਸਹੀ ਹੈ, ਹਾਂਜੀ। ਤਾਂ ਹੁਣ ਦੀ ਜਿਹੜੀ ਗੱਲ ਕਰੀਏ ਕਿ ਕਿੰਨੀ ਕੁ ਤੜਾਈ ਹੁਣ ਤੱਕ ਹੋ ਚੁੱਕੀ ਹੈ ਇਹਦੇ ਵਿੱਚ? ਔਰ ਇਹ ਜੀ ਤੜਾਈ ਹੁੰਦਿਆਂ ਨੂੰ ਜੀ 2 ਮਹੀਨੇ ਹੋ ਗਏ ਜੀ, ਤਕਰੀਬਨ ਰੋਜ਼ ਤੜਾਈ ਹੁੰਦੀ ਹੈ ਜੀ। ਕਿੰਨਾ ਕੁ ਜਿਹੜਾ ਹੈਗਾ ਵਾ ਫਲ, ਸੋਰੀ ਕਹਿ ਸਕਦੇ ਹਾਂ, ਸਬਜ਼ੀ ਜਿਹੜੀ ਹੈਗੀ ਆ ਉੱਥੇ ਇਹਦੀ ਜੀ ਕਮ ਸੇ ਕਮ ਵੀ ਰੋਜ਼ ਦੀ ਅਸੀਂ ਲਾਈਏ ਤੇ ਕੁਇੰਟਲ ਡੇਢ ਕੁਇੰਟਲ ਜੀ, ਡੇਢ ਕੁਇੰਟਲ ਦੇ ਕਰੀਬ ਲਾਉਂਦੇ ਹਾਂ, ਕਿਉਂਕਿ ਰੋਜ਼ ਤੜਾਈ ਕਰਨੀ ਆ, ਉਨੀ ਕਰਨੀ ਆ ਜਿੰਨੀ ਮਾਰਕੀਟ 'ਚ ਵਿਕ ਜੀ। ਬਾਕੀ ਆ ਜੀ, ਇਹਨੂੰ ਤੁਸੀਂ ਤੋੜ ਕੇ ਘਰ ਰੱਖੋ, 10 ਦਿਨ ਪਿਆ ਰਹਿਣ ਫਰਿੱਜ ਦੇ ਵਿੱਚ, ਇਹ ਖਰਾਬ ਨਹੀਂ ਹੁੰਦਾ। 10 ਦਿਨ ਦੇ ਵਿੱਚ ਇਹਨੂੰ ਕੁਛ ਨਹੀਂ ਕਰੇਲੇ ਲਾਉਣਾ, 10 ਦਿਨਾਂ ਬਾਅਦ ਜਿੱਦਾਂ ਦਾ ਕੱਢੋ ਉੱਦਾਂ ਦੇ ਹੀ ਪਾਓ। ਜਿੰਨੀ ਤੜਾਈ ਹੋ ਰਹੀ ਆ ਨਿਕਲ ਰਿਹਾ ਮਾਰਕੀਟ 'ਚ? ਬਿਲਕੁਲ ਜੀ, ਬਿਲਕੁਲ ਨਿਕਲ ਰਿਹਾ, ਤੁਰਿਆ ਜਾਂਦਾ ਜੀ, ਤੁਰਿਆ ਜਾਂਦਾ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਤਾਂ ਜਿੱਥੇ ਕਹਿ ਸਕਦੇ ਹਾਂ ਕਿ ਸਬਜ਼ੀਆਂ ਦੀ ਕਿੱਲਤ ਚੱਲ ਰਹੀ ਹੈ, ਸਬਜ਼ੀਆਂ ਦੇ ਭਾਅ ਆਸਮਾਨ ਛੂ ਰਹੇ ਨੇ, ਉੱਥੇ ਹੀ ਜਿਹੜੇ ਕਿਸਾਨ ਸਬਜ਼ੀਆਂ ਦੀ ਖੇਤੀ ਕਰ ਰਹੇ ਨੇ, ਜਾਂ ਫਿਰ ਬਾਜ਼ਾਰ ਦੇ ਭਾਅ ਨਾਲੋਂ ਕਹਿ ਸਕਦੇ ਹਾਂ ਕਿ ਜੋ ਮੰਡੀ ਦਾ ਰੇਟ ਹੁੰਦਾ ਉਹ ਤੋਂ 2-4 ਰੁਪਏ ਮਹਿੰਗਾ ਜ਼ਰੂਰ ਹੈਗਾ, ਲੇਕਿਨ ਉਹਨਾਂ ਵੱਲੋਂ ਆਪਣੀ ਜਿਹੜੀ ਕੁਆਲਿਟੀ ਹੈਗੀ ਆ ਉਸ ਦਾ ਦਾਅਵਾ ਕੀਤਾ ਜਾ ਰਿਹਾ, ਇਸ ਦੇ ਔਰਗੈਨਿਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ। ਨਾਲ ਹੀ ਲੋਕਾਂ ਨੂੰ ਵੀ ਇੱਕ ਅਪੀਲ ਕੀਤੀ ਗਈ ਹੈ ਕਿ ਜਦੋਂ ਕਿਸਾਨ ਖੁਦ ਮੰਡੀ ਦੇ ਵਿੱਚ ਜਾਂਦਾ ਹੈਗਾ ਤਾਂ ਉਹਨੂੰ ਭਾਅ ਨਹੀਂ ਮਿਲਦਾ, ਜਦੋਂ ਫਿਰ ਉਹ ਭਾਅ ਤੋਂ ਦੁਖੀ ਹੋ ਕੇ ਫਸਲ ਇਹੋ ਜਿਹੀ ਜਿਹੜੀ ਹੈਗੀ ਆ, ਜਾਂ ਫਿਰ ਖੇਤੀ ਸਬਜ਼ੀਆਂ
ਸਬਜ਼ੀਆਂ ਦਾ ਜਿਹੜਾ ਹੈਗਾ ਉਹ ਧੰਦਾ ਕਰਨਾ ਛੱਡ ਦਿੰਦਾ ਤਾਂ ਕਿਤੇ ਨਾ ਕਿਤੇ ਇਹਦਾ ਬੋਝ ਜਿਹੜਾ ਹੈਗਾ ਉਹ ਫਿਰ ਲੋਕਾਂ ਤੇ ਪੈਂਦਾ, ਕਿਉਂਕਿ ਜਦੋਂ ਗੁਆਂਢੀ ਸੂਬਿਆਂ ਤੋਂ ਇਹੋ ਸਬਜ਼ੀਆਂ ਆਉਂਦੀਆਂ ਨੇ ਤਾਂ ਉਸਦੇ ਭਾਅ ਵੀ ਜਿਹੜੇ ਨੇ ਉਹ ਅਕਸਰ ਵਧੇ ਹੋਏ ਦੇਖੇ ਜਾਂਦੇ ਨੇ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ, ਬਹਾਦਰਪੁਰ।